ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਪ੍ਰੋਗਰਾਮ ਤਹਿਤ ਲਗਾਤਾਰ ਦੂਸਰੇ ਦਿਨ ਸ਼ਾਮ ਨੂੰ ਹੋਏ ਵਿਲੱਖਣੀ ਰੋਸ਼ਨੀ ਅਤੇ ਆਵਾਜ਼ ਸ਼ੋਅ ਨੇ ਸਭਨਾਂ ਨੂੰ ਮੰਤਰ ਮੁਗਧ ਕਰ ਦਿੱਤਾ। ਨਵਾਬ ਜੱਸਾ ਸਿੰਘ ਆਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੀ ਗਰਾਊਂਡ ਵਿੱਚ ਚੱਲੇ ਇਸ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਸਮੇਤ ਜ਼ਿਲ੍ਹਾ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਦੌਰਾਨ 45-45 ਮਿੰਟ ਦੇ ਦੋ ਸ਼ੋਅ ਹਾਜ਼ਰੀਨ ਨੂੰ ਪੂਰੀ ਤਰ੍ਹਾਂ ਨਾਲ ਰੂਹਾਨੀ ਰੰਗ ਵਿੱਚ ਰੰਗਣ 'ਚ ਕਾਮਯਾਬ ਹੋਏ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦਾਸੀਆਂ 'ਤੇ ਆਧਾਰਿਤ ਪ੍ਰੋਗਰਾਮ ਨੇ ਇੱਕ ਅਦਭੁਤ ਨਜ਼ਾਰਾ ਪੇਸ਼ ਕੀਤਾ, ਜੋ ਕਿ ਕਪੂਰਥਲਾ ਦੀ ਫਿਜ਼ਾ ਵਿੱਚ ਇੱਕ ਅਜੀਬ ਮਿਠਾਸ ਘੋਲ ਗਿਆ। ਇਸ ਪ੍ਰੋਗਰਾਮ ਦੀ ਲੋਕਾਂ ਨੇ ਕਾਫੀ ਤਾਰੀਫ ਕੀਤੀ। ਪ੍ਰੋਗਰਾਮ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਜਰਾ। ਅੱਜ ਮੈਂ ਇੱਥੇ ਆਪਣੇ ਪੇਰੈਂਟਸ ਨਾਲ ਆਈ। ਮੈਨੂੰ ਬਹੁਤ ਵਧੀਆ ਲੱਗਾ ਜਦੋਂ ਇੱਥੇ ਗੁਰੂ ਨਾਨਕ ਦੇਵ ਜੀ ਦੀ ਅਸੀਂ ਸਕਰੀਨ 'ਤੇ ਇੱਕ ਲੇਜ਼ਰ ਸ਼ੋਅ ਦੇਖਿਆ। ਉਹਨਾਂ ਦੀ ਲਾਈਫ ਬਾਰੇ ਅਸੀਂ ਸਭ ਕੁਝ ਦੇਖਿਆ, ਜੀਵਨੀ ਬਾਰੇ ਕਿ ਉਹਨਾਂ ਨੇ ਆਪਣੀ ਲਾਈਫ 'ਚ ਕੀ ਕੀ ਉਪਦੇਸ਼ ਦਿੱਤੇ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਉਹਨਾਂ ਨੇ ਘਮੰਡੀਆਂ ਨੂੰ ਕਿੱਦਾਂ ਸਹੀ ਰਾਹ 'ਤੇ ਪਾਇਆ ਅਤੇ ਸਾਨੂੰ ਵੀ ਇਸ ਚੀਜ਼ 'ਤੇ ਚੱਲਣਾ ਚਾਹੀਦਾ ਅਤੇ ਹਰ ਇੱਕ ਚੀਜ਼ ਸ਼ੇਅਰ ਕਰਨੀ ਚਾਹੀਦੀ ਹੈ ਅਤੇ ਹਰ ਇੱਕ ਚੀਜ਼ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਉਹਨਾਂ ਦੇ ਉਪਦੇਸ਼ਾਂ 'ਤੇ ਚੱਲਣਾ ਚਾਹੀਦਾ, ਸਾਨੂੰ ਰੋਜ਼ ਨਾਮ ਵੀ ਜਪਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਪਰਾਲਾ 550 ਸਾਲਾ ਜਿਹੜਾ ਕੀਤਾ ਗਿਆ ਵਾ, ਬਹੁਤ ਵਧੀਆ ਕੀਤਾ ਗਿਆ ਵਾ। ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚਿਆਂ ਨੂੰ ਵੀ ਗਾਂਹ ਦੀ ਗਾਂਹ ਜਿਹੜੀ ਸਿੱਖਿਆ ਵਾ ਇਹ ਮਿਲਦੀ ਰਹੇ ਅਤੇ ਗਾਂਹ ਦੀ ਗਾਂਹ ਉਪਰਾਲੇ ਜ਼ਿਆਦਾ ਵੱਧ ਤੋਂ ਵੱਧ ਹੁੰਦੇ ਰਹਿਣ। ਬੱਚੇ ਵੀ ਸੇਵਾ ਕਰਨ, ਨਾਲ ਇਹ ਵੰਡ ਛਕਣ, ਨਾਲ ਸੇਵਾ ਕਰਨ, ਗੁਰਬਾਣੀ ਦੇ ਨਾਲ ਜੁੜਨ। ਜਿੰਨਾ ਵੱਧ ਤੋਂ ਵੱਧ ਜੇ ਬੱਚੇ ਜੁੜਨਗੇ, ਇਹਨਾਂ ਨੂੰ ਪਤਾ ਲੱਗੂਗਾ। ਜਿਹੜੇ ਵੱਡੇ ਸੀਗੇ ਉਹਨਾਂ ਨੂੰ ਤਾਂ ਪਤਾ ਸੀ, ਬੱਚਿਆਂ ਨੂੰ ਘੱਟ ਪਤਾ ਸੀਗਾ। ਇਸ ਕਰਕੇ ਇਹ ਜਿਹੜੇ ਪ੍ਰੋਗਰਾਮਾਂ ਚੱਲੀ ਜਾਣਗੇ ਤਾਂ ਬੱਚੇ ਉਨੀ ਸੇਵਾ ਤਾਂ ਉਨੇ ਇੱਧਰ ਲੱਗਣਗੇ, ਦੂਜੇ ਪਾਸਿਆਂ ਨੂੰ ਨਹੀਂ ਲੱਗਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪੰਜਾਬ ਸਰਕਾਰ ਨੇ ਇਹ ਉਪਰਾਲਾ ਕੀਤਾ, ਸਭ ਨੂੰ ਇਹਦੇ ਬਾਰੇ ਗਿਆਨ ਹੋਵੇ, ਜਿਸ ਤਰ੍ਹਾਂ ਕਿ ਸਾਨੂੰ ਵੀ ਪਹਿਲਾਂ ਤਾਂ ਬਹੁਤ ਪਤਾ ਸੀ, ਪਰ ਜੋ ਡੂੰਘਾਈ 'ਚ ਹੁਣ ਪਤਾ ਲੱਗਾ ਇੰਨਾ ਕੁਛ ਨਹੀਂ ਸੀ ਪਤਾ। ਔਰ ਇਹ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਉਹਨਾਂ ਨੇ ਇੱਥੇ ਕੀਤਾ ਔਰਗਨਾਈਜ਼, ਔਰ ਸਭ ਇਹਦਾ ਲੈ ਰਹੇ ਹਾਂ ਆਪਣਾ ਆਨੰਦ। ਬਾਬਾ ਜੀ ਸਭ 'ਤੇ ਮਿਹਰ ਕਰਨ ਔਰ ਸਾਰੇ ਇਹਦਾ ਆਪਣਾ ਇੱਧਰ ਇੱਧਰ ਪ੍ਰੋਗਰਾਮ ਹੋਰ ਵੀ ਹੋਣੇ ਚਾਹੀਦੇ ਆ, ਤੁਹਾਡੇ ਹੋਣੇ ਚਾਹੀਦੇ ਆ। ਔਰ ਅਸੀਂ ਤਾਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੀ ਆਪਣੀ ਸੰਸਥਾ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ। ਅਸੀਂ ਇਹੋ ਜਿਹਾ ਵੀ ਦੇਖ ਕੇ ਨਾਲ ਨਾਲ ਗੁਰੂਆਂ ਨੇ ਕਿੰਨੀਆਂ ਤਕਲੀਫਾਂ ਵੀ ਚੱਲੀਆਂ, ਸਭ ਕੁਛ ਕੀਤਾ ਵਾ। ਇਹ ਵੀ ਦੇਖ ਲਾ ਇਹਨਾਂ ਦੇ ਨਾਂ ਚੱਲਦੇ ਆ ਤਾਂ ਜਿਹੜੇ ਬੁਰਾ ਕਰਦੇ ਆ ਉਹਨਾਂ ਦਾ ਤਾਂ ਨਹੀਂ ਚੱਲਿਆ। ਅੱਛਾ, ਦੱਸ ਦਈਏ ਕਿ ਇਸ ਪ੍ਰੋਗਰਾਮ ਦੌਰਾਨ 3000 ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਵਿਆਪੀ ਸੰਦੇਸ਼ ਨੂੰ ਸ਼ਾਨਦਾਰ ਤਕਨੀਕ ਅਤੇ ਲੇਜ਼ਰ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।